تو لندن کے صاحب جاتے سرحند کے صوبے میں تین دن صاحبزادہ لی پیشی ہوتی صبح صاحبزادے مسلمان ہونے منا رہا لال بھی دیتے بیالو بھی دیتے انتم دونوں بچوں جیوندیا کنگا چلنے کا حکم کر جب کندھ چلن لگے گوڈیا کو آئی جالما نے اٹنی کڑی گوڈیا دیا چپڑیا تکھی کیسی نال چل جب کندھ سرا تو اچھی ہو ترتی امبر ڈول گئے ترتی تو چلیا نام یا دکھ بچوں نال لے کے کندھ ڈگ جب کندھ ڈگئی صبح سرحد کا کول آیا بچوں کا ادھر ادھر کر کے ویکھن لگا اجے جوان ہے اجے جیوندے کہندا جلادا نو آواز مارو اے اجے سا کوئی کوئی بگدا جلادا نو آواز ماری سمانے دے دو جلاد شریاں لے کے نیڑے ہو صوبہ کہندا ہے میں جیا سارا گل چیر دو مسلمانی طریقے نال جوا کر بچوں دیا چھاتیاں تے گوٹے رکھ کے دونوں جلادوں نے تونوں بٹا دے کے نکے صاحبزادیاں دیا سارا گل چیر دتیاں او پیرو خون دا بہاوا چل رہا بچے شہید ہو جب شام کا ویلا ہوا ماں گجری صاحب کلی بچی ہے بھائی ہوں بھی مڑ کے آئے ہوں بھی مڑ کے آئے تو اگر ہو گئے شام میں کچہری تو صبح ماں کو واپس کر دینا پر اج تیجے دن کتوں جانے سے پترا والے ماں کلی بیٹھی روٹی دیں موتی میرا آ گیا ماں کر لگی ہے پت موتی پوتا جی میرے نال اجے مڑ کے نہیں آئے کچہری چون صوبہ تو کہتا سر تیجی پیسے چھڈ دے گے کہندی پت دیکھ کے تا کتے میتھوں پاسے تا نہیں کتے بھوڑے چ بند کر دے میرا دل کچھ ہور ہی سوچا وچ پئی جاندے موتی نے پت رکھیا ماں میں ہوئی دیکھ کے میرا ہو گیا بتیاں بند ہو گئی ادھر ادھر چار ہوئے دیکھا جب وہ لبے موتی ماں والے نو مڑ لگیا من وچ خیال آ گیا بھی منا اوتر دے کے آوا قتل گاہ وچ کتے جالما نے کوئی پاڑا ہی تا نہیں برتا تھا پیارے جب قتل گاہ وچ گیا کی دیکھ لا موتی میرا دونوں سیم جا دے دکے پہ ادیاں تونا چیریاں پلیاں دیاں لکھی جاندی ہے ترتی لگو لہان ہوئی تاہاں نکل گئیاں موتی دیاں وہ ماں تا دھد رہی بیٹھی ہے منا مسید سو ماں ہو جا کے وہ تا پہلے ہی دکھاں کرتا دی ماری وہ کمیں چلوں انہاں نکلے نو نال لئی بھردی سی اجے بھی خوش میں کمیں دسوں وہ کمیں سنوں
ਪੋਤੀ ਨੇ ਸਾਹਿਬਜ਼ਾਦਿਆਂ ਦੇ ਖੋਹ ਨਾਲ ਲਿਬੜੀ ਇੱਕ ਚੁੱਕ ਆਪਣੀ ਚਾਦਰ ਪੋਲੀ ਤੇ ਬੁਰਜ ਵੱਲ ਹੋ ਤੁਰਿਆ। ਜਦ ਮਾਂ ਦੇ ਸਾਹਮਣੇ ਗਿਆ ਇੱਕਦਮ ਕਲੋਦੇ ਵਿੱਚ ਧੂੜ ਪੈ ਗਈ, ਕਹਿੰਦੀ ਪੁੱਤ ਕਿੱਥੇ ਹੈ ਮੇਰੇ ਮੋਤੀ, ਪੁੱਤ ਕਿੱਥੇ ਮੇਰੇ ਬੱਚੇ। ਪਿਆਰੇ ਮੋਤੀ ਦੀਆਂ ਤਾਹਾਂ ਨਿਕਲੇ, ਕਹਿੰਦਾ ਮਾਂ ਤੇਰੇ ਹੰਸ ਤੱਕ ਦੂਰ ਉਡਾਰੀ ਤਾਂ ਚਲੇ ਗਏ। ਪਿਆਰੇ ਮਾਂ ਗੁਜਰੀ ਸਾਹਿਬ ਕੱਲੀ ਬੈਠੀ ਬੋਲ ਜਿਵੇਂ ਆਪਾਂ ਸਿੱਧਾ ਹੀ ਰੱਬ ਨੂੰ ਕੋਸ ਦਿੰਦੇ ਹਾਂ, ਰੱਬਾ ਤੂੰ ਬਹੁਤ ਮਾੜੀ ਕੀਤੀ, ਰੱਬਾ ਤੂੰ ਬੜੀ ਮਾੜੀ ਕੀਤੀ। ਪਿਆਰਿਓ ਮਾਂ ਗੁਜਰੀ ਸਾਹਿਬ ਕੱਲੀ ਬੁਰ ਬੁਰ ਚ ਬਹਿ ਗੁਰੂ ਪਾਤਸ਼ਾਹ ਦੇ ਚਰਨਾਂ ਵਿੱਚ ਗੁਰੂ ਜੀ ਦੇ ਚਰਨਾਂ ਵਿੱਚ ਗੁਰੂ ਜੀ ਦੇ ਚਰਨਾਂ ਵਿੱਚ ਬਾਈ ਬਲਵੰਤ ਸਿੰਘ ਜੀ ਹੋਰ ਹੋਰ ਸਿੱਖ ਪਿਆਰੇ ਵੀਰ ਸਤਿਗੁਰੂ ਪਾਤਸ਼ਾਹ ਦੇ ਸਤਿਕਾਰ ਲਈ ਗੁਰੂ ਜੀ ਦੀ ਹਜ਼ੂਰੀ ਵਿੱਚ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਚੜ੍ਹਦੀ ਕਲਮ ਚੱਖ ਹਰ ਮਦਾਰਥਾਂ ਦੀ ਬਖਸ਼ਿਸ਼ ਕਰਨ, ਡੀਜ਼ਲ ਤੇਲ ਦੀ ਸੇਵਾ ਬਖਸ਼ਦੇ, ਮਾਇਆ ਵੀ ਅਰਦਾਸ ਕਰਵਾਈ ਗੁਰਸਿੱਖਾਂ ਨੇ। ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜਿਸ ਭਾਵਨਾ ਕਰਕੇ ਜਿਸ ਸ਼ਰਧਾ ਕਰਕੇ ਗੁਰਸਿੱਖਾਂ ਨੇ ਆਪ ਜੀ ਦੇ ਇਸ ਸ਼ਹੀਦੀ ਕਾਫਲੇ ਵਿੱਚ ਸੇਵਾ ਕੀਤੀ, ਗੁਰੂ ਜੀ ਭਾਵਨਾ ਪੂਰੀ ਚੜ੍ਹਦੀ ਕਲਮ ਚੱਖ ਗੁਰੂ ਪਾਤਸ਼ਾਹ ਦੇ ਮਾਤਾ ਜੀ ਹੋਰ ਠੀਕ ਗੁਰੂ ਪਾਤਸ਼ਾਹ ਦੇ ਮਾਤਾ ਮਾਂ ਗੁਜਰੀ ਸਾਹਿਬ ਠੰਡੇ ਬੋਝ ਵਿੱਚ ਬੈਠੀ ਨਿਰੰਕਾਰ ਪਰਮੇਸ਼ਰ ਨੂੰ ਕਹਿਣ ਲੱਗੀ ਆ, ਕਹਿੰਦੀ ਹੈ ਮਾਤਾ ਉਹ ਕਿਹੜਾ ਦੁੱਖ ਜਿਹੜਾ ਤੂੰ ਮੇਰੇ ਤੇ ਪਾਇਆ, ਪਹਿਲਾਂ ਤੂੰ ਮੈਨੂੰ ਭਾਗਾਂ ਵਾਲੀ ਬਣਾਇਆ, ਗੁਰੂ ਤੇਗ ਬਹਾਦਰ ਸਾਹਿਬ ਪਾਤਸ਼ਾਹ ਦੇ ਘਰ ਵਾਲੀ ਹੋਣ ਦਾ ਮੈਨੂੰ ਤੂੰ ਮਾਣ ਬਖਸ਼ਿਆ, ਕਹਿੰਦੀ ਫੇਰ ਤੂੰ ਐਡਾ ਮੇਰੇ ਤੇ ਕਹਿਰਬਾਨ ਹੋਇਆ, ਮੈਨੂੰ ਪੁੱਤਰ ਲਈ ਤਰਸਾਇਆ, 32 ਸਾਲ ਬਾਅਦ ਗੁਰੂ ਗੋਬਿੰਦ ਸਿੰਘ ਜੀ ਪੈਦਾ ਹੋਇਆ। ਕਹਿੰਦੀ ਜਦੋਂ ਪੁੱਤ ਹੋ ਗਿਆ ਪਰ ਜਵਾਨੀ ਵਿੱਚ ਮੈਂ ਵਿਧਵਾ ਹੋ ਗਈ, ਆ ਮੈਨੂੰ ਪੋਤਰੇ ਦਿੱਤੇ, ਇਹਨਾਂ ਨੂੰ ਪਾਲਣ ਵਾਲੀ ਮਾਂ ਮੈਥੋਂ ਲੈ ਗਿਆ, ਅੱਧੀ ਰਾਤ ਨੂੰ ਮੈਨੂੰ ਮੇਰੇ ਘਰ ਤੋਂ ਕੱਢਿਆ, ਅਜੇ ਕੋਈ ਬਾਕੀ ਰਹਿੰਦੀ ਹੈ ਤੇ ਉਹ ਵੀ ਪੂਰੀ ਕਰ ਲੈ। ਠੰਡੇ ਬੁਰਜ ਵਿੱਚ ਮਾਂ ਬੈਠੀ ਨਿਰੰਕਾਰ ਪਰਮੇਸ਼ਰ ਨੂੰ ਕਿਉਂ ਕਹਿਣ ਲੱਗੀ, ਕਹਿੰਦੀ ਬਾਬਾ ਕਰਦੇ
ਕਰਕੇ ਕਹਿੰਦੀ ਹੈ ਮਾਂ, ਇਹ ਮਾਲਕਾ ਅਜੇ ਕੋਈ ਸ਼ਰਤ ਹੋਰ ਵੀ ਹੁੰਦੀ ਹੈ, ਤੇਰੇ ਹੁਕਮ ਬਿਨਾਂ ਤਾਂ ਪੱਕਾ ਵੀ ਨਹੀਂ ਸੁਣਦਾ। ਸ਼ਹੀਦੀ ਦੀ ਖਬਰ ਸੁਣ ਕੇ ਦੰਦਰਾਰ ਨਾਲ ਸਿਰ ਕਬਰਤ ਜੁੜਦੀ, ਦਸਵੇਂ ਦੁਆਰ ਸਵਾਸ ਚੱਲ ਗਏ ਤੇ ਸਰੀਰ ਤਿਆਗ। ਸਿਪਾਹੀਆਂ ਨੇ ਜਾ ਕੇ ਦੱਸਿਆ ਸੂਬੇ ਨੂੰ ਬਈ ਇਹਨਾਂ ਬੱਚਿਆਂ ਦੀ ਦਾਦੀ ਮਾਂ ਉਹ ਵੀ ਬੁਰਜ ਵਿੱਚ ਸ਼ਹੀਦ ਹੋ ਗਈ, ਹੁਣ ਇਹਨਾਂ ਦਾ ਕੀ ਕਰੀਏ ਤੇ ਪਿਆਰੇ ਸੂਬੇ ਚ ਕੀ ਕਰਿਆ। ਕਹਿੰਦਾ ਇਉਂ ਕਰੋ, ਆ ਕਤਲਗਾਹ ਵਿੱਚੋਂ ਇਹਨਾਂ ਬੱਚਿਆਂ ਦੀਆਂ ਲਾਸ਼ਾਂ ਨੂੰ ਕੱਢੋ ਬਾਹਰ, ਬੁਰਜ ਵਿੱਚੋਂ ਮਾਂ ਦੀ ਲਾਸ਼ ਲਿਆਓ ਚੱਕ ਕੇ ਬਾਹਰ ਚੌਂਕ ਵਿੱਚ ਜਿੱਥੋਂ ਦੀ ਦੁਨੀਆਂ ਦੇ ਲੋਕ ਆਮ ਲੰਘਦੇ ਜਾਂਦੇ ਤਿੰਨਾਂ ਦੀਆਂ ਲਾਸ਼ਾਂ ਚੌਂਕ ਵਿੱਚ ਰੱਖ ਦਿਓ, ਉੱਪਰ ਕੱਪੜਾ ਕੋਈ ਨਹੀਂ ਪਾਉਣਾ ਤਾਂ ਕਿ ਦੁਨੀਆਂ ਦੇ ਲੋਕ ਵੇਖਣ ਮੁਗਲ ਹਕੂਮਤ ਨਾਲ ਕੋਈ ਅੱਖ ਪਰਕੇ ਨਾ ਵੇਖੇ। ਫਿਰ ਕਿਹਾ ਸੂਬੇ ਦੇ ਜੋ ਕੇ ਲਾਸ਼ਾਂ ਲਿਓ ਮਾਰ ਵਧਾ ਦੇਣਾ, ਦਾਦਾ
जंगल भी अकबर को खबर है कोई गुरु के पीछे गुरु की माता उन्होंने लाशा चौंक रख दी प्यारे हो ये बड़ी दुख गलता की कहानी दुख केड़ी मुसीबत केड़ा मछोला जरा गुरु गोबिंद सिंह पातशाह सानू सरदारियां बख्श आपड़ा मुसीबत चल ऐसा कोई नहीं हो सकता आओ इतने हम आप अगले पुरावल रवाना हो गुरु कृपा कर सतगुरु पातशाह के चरणों में अगर सफर लंबा पै गया इस पड़ाव वाले नगर निवासी तीर की ड्योटी चरखड़ नगर तो भी गुरसिख एक मुंडा इतने आए भी पार्टी के पिछे आओ हम सिरों बोल दिए क्योंकि गोबिंद मार्ग दिया संगत ही चला कीर्तन संगत जी तुसी थोड़ा बहुता तेल पानी जो गल संगत कर दिने हो ते बाबा जी अगली बार फिर मालक की सेवा नाल गुरु पातशाह के चरणों में मास्टर सुगारत सिंह जी डीजल तेल की सेवा वास्ते 500 रुपया अरदास करवा के गए गुरु कृपा कर भावनावां पूरियां कर पूजनीय सत्कार योग माता साहिब कौर जिन्हां दे पावन दरबार विचों महापुरश बाबा जी सतगुरु भावना पूरिया कर कृपा कर ਇੱਥੇ ਕੀ ਫੜਾ ਦੇ ਚਾਹ ਲੈ ਲੋ ਜੀ ਅੱਗੇ ਵੀ ਕਈ ਸਾਲ ਹੋ ਗਏ ਇਹਨਾਂ ਨੂੰ ਜਾਂਦਿਆਂ ਨੂੰ ਪਿਛਲੇ ਨਗਰਾਂ ਤੋਂ ਵੀ ਕਾਲੇ ਨਗਰਾਂ ਤੋਂ ਵੀ ਆਪੇ ਗੁਰੂ ਸੇਵਾ ਕਰਨ ਵਾਲਿਆਂ ਨੂੰ ਲੈ ਜਾਂਦਾ ਬਾਬਾ ਜੀ ਸਤਿਕਾਰ ਕਰਦੇ ਬੋਲੋ ਆ ਵਿੱਚ ਹੀ ਨਿਕਲ ਜਾ ਦੋ ਤੁਸੀਂ ਮਗਰ ਹੋਵੋ ਉੱਧਰ ਦੀ ਆਉਂਦੀ ਹੋ ਕੇ ਉਹ ਚਲੇ ਜਾਓ ਨਿਕਲ ਜਾਓ ਨਿਕਲ ਜਾਓ ਨਿਕਲ ਜਾਓ ਜਾਦੀ ਚਾਬੀ ਦੇ ਯਾਰ ਉੱਧਰ ਹੀ ਦੇ ਬਾਬਾ ਜੀ ਗੱਲ
ਔਖਾ ਯਾਰ ਐਂ ਤਾਂ ਲੱਗਣਾ ਦੇਖਣ ਨਾਲ ਹੁੰਦੇ ਮਗਰ ਹੋ ਜਾ ਮਗਰ ਦੀ ਹੋ ਜਾ ਮਗਰ ਉਹ ਮਗਰ ਸੰਗਤ ਨਹੀਂ ਨਾ ਕਾਫੀ ਮਗਰ ਉਧਰ ਨਾ ਗੁਰੂ ਪਾਤਸ਼ਾਹ ਦੇ ਚਰਨਾਂ ਵਿੱਚੋਂ ਇਸ ਪੜਾਅ ਵਾਲੇ ਗੁਰਸਿੱਖਾਂ ਦਾ ਨਗਰ ਨਿਵਾਸੀ ਸਾਰੀਆਂ ਗੁਰਸੰਗਤਾਂ ਦਾ ਬਾਬਾ ਜੀ ਵੱਲੋਂ ਅੰਪਾਇਰੋ ਸਿੰਘ ਦਾ ਵੱਲੋਂ ਸਤਿਕਾਰਯੋਗ ਪੂਜਨੀ ਮਾਤਾ ਸਾਹਿਬ ਕੌਰ ਜੀ ਦੇ ਪਾਵਨ ਦਰਬਾਰ ਦੇ ਸੇਵਾਦਾਰਾਂ ਦਾ ਕੋਟਾਨ ਕੋਲ ਧੰਨਵਾਦ ਕਰਦੇ ਹਾਂ ਜੀ ਜਿਹਨਾਂ ਗੁਰੂ ਜੀ ਦੇ ਚਰਨਾਂ ਵਿੱਚ ਆ ਕੇ ਹਾਜ਼ਰ ਵਾਹਿਗੁਰੂ ਪਾਵੇ ਜਿਹੜੀ ਨਸ਼ੇ ਪਈ